ਬੀਤੀ 25 ਸਤੰਬਰ ਨੂੰ ਅਪਰਾ ਵਿਖੇ ਗੈਂਗਸਟਰਾਂ ਵੱਲੋਂ ਕਤਲ ਕੀਤੇ ਗਏ ਬਸਪਾ ਆਗੂ ਰਾਮ ਸਰੂਪ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਰੋਸ ਵਜੋਂ ਅਪਰੇ ਦੇ ਬਾਜ਼ਾਰ ਪੂਰੀ ਤਰ੍ਹਾਂ ਨਾਲ ਬੰਦ ਰਹੇ। ਇਸ ਮੌਕੇ ਸਮੂਹ ਦੁਕਾਨਦਾਰ ਭਾਈਚਾਰੇ ਤੇ ਅਪਰਾ ਦੇ ਆਮ ਤੇ ਖਾਸ ਲੋਕਾਂ ਵੱਲੋਂ ਮਾਤਾ ਰਾਣੀ ਚੌਂਕ ਅਪਰਾ ਵਿਖੇ ਬੈਠ ਕੇ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਰੋਸ ਪ੍ਰਗਟਾਇਆ ਗਿਆ ਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਫੜ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾਵੇ। ਇਸ ਮੌਕੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਰਾਮ ਸਰੂਪ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਪਰਿਵਾਰਕ ਮੈਂਬਰਾਂ ਨੂੰ ਇੱਕ ਸਰਕਾਰੀ ਨੌਕਰੀ ਤੇ 25 ਲੱਖ ਰੁਪਏ ਦੀ ਮਾਲੀ ਮਦਦ ਕੀਤੀ ਜਾਵੇ ਤਾਂ ਜੋ ਪਿੱਛੇ ਰਹਿ ਗਈ ਮ੍ਰਿਤਕ ਦੀ ਪਤਨੀ ਤੇ 13 ਸਾਲ ਦੀ ਧੀ ਆਪਣਾ ਜੀਵਨ ਨਿਰਵਾਨ ਕਰ ਸਕਣ। ਇਸ ਮੌਕੇ ਪਰਿਵਾਰਕ ਮੈਂਬਰਾਂ ਦੇ ਆਗੂਆਂ ਨੇ ਕਿਹਾ ਕਿ ਮ੍ਰਿਤਕ ਰਾਮ ਸਰੂਪ ਦੇ ਕਾਤਲਾਂ ਨੂੰ ਜਦੋਂ ਤੱਕ ਗ੍ਰਿਫਤਾਰ ਨਹੀਂ ਕਰ ਲਿਆ ਜਾਂਦਾ ਉਨੀ ਦੇਰ ਤੱਕ ਰਾਮ ਸਰੂਪ ਦੀ ਮ੍ਰਿਤਕ ਦੇਹ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਅੱਜ ਅਪਰੇ ਦੇ ਵਿਖੇ ਜੋ 25 ਤਰੀਕ ਨੂੰ ਰਾਮ ਸਰੂਪ ਜੀ ਦਾ ਕਤਲ ਹੋਇਆ ਸੀ, ਜੋ ਬਹੁਜਨ ਸਮਾਜ ਪਾਰਟੀ ਦਾ ਵਰਕਰ ਸੀਗਾ, ਅੱਜ ਉਹਦੇ ਸੰਬੰਧ ਵਿੱਚ ਅਪਰੇ ਦੇ ਵਿੱਚ ਸਮੂਹ ਅਪਰੇ ਦੇ ਭਾਈਚਾਰਕ ਸਾਂਝ ਦੇ ਨਾਲ ਜਿਹੜਾ ਅਪਰਾ ਬੰਦ ਰੱਖਿਆ ਗਿਆ ਔਰ ਉਹਦੇ ਸੰਬੰਧ ਵਿੱਚ ਅਸੀਂ ਅੱਜ ਸਮੁੱਚੇ ਅਪਰੇ ਦੇ ਨਿਵਾਸੀ ਜਿਹੜੇ ਆ ਇਕੱਠੇ ਹੋ ਕੇ ਇੱਥੇ ਬੈਠੇ ਸੀਗੇ ਔਰ ਉਹਦਾ ਰੋਸ ਜ਼ਾਹਰ ਕੀਤਾ ਔਰ ਸਾਰਿਆਂ ਦੀ ਇਹ ਮੰਗ ਆ ਕਿ ਜਿਹੜਾ ਰਾਮ ਸਰੂਪ ਦੇ ਕਤਲ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਔਰ ਜਿਹੜੇ ਪੁਲਿਸ ਅਫਸਰ ਜਿਹੜੇ ਜ਼ਿੰਮੇਵਾਰ ਆ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਜਿਹੜਾ ਅਪਰਾ ਹੈ ਗੋਲਡ ਸਿਟੀ ਆ, ਜੇਕਰ ਇੱਥੇ ਗੁੰਡੇ ਅਨਸਰ ਜਿਹੜੇ ਪੈਦਾ ਹੋਣਗੇ ਔਰ 86 ਸ਼ਹਿਰ ਉਹਨਾਂ ਨੂੰ ਹੋਏਗੀ ਤਾਂ ਇਹ ਜਿਹੜਾ ਅਪਰੇ ਦੇ ਜਿਹੜੇ ਬਿਜ਼ਨਸ ਵੀ ਤਬਾਹ ਹੋਏਗਾ ਔਰ ਜਿਹੜਾ ਇੱਥੇ ਲੋਕਾਂ 'ਤੇ ਅਸਰ ਹੋਏਗਾ ਔਰ ਜਿਹੜਾ ਬਿਜ਼ਨਸ ਜਿਹੜਾ ਖਰਾਬ ਹੋਏਗਾ। ਇਸ ਕਰਕੇ ਸਾਡੀ ਇਹ ਪੁਰਜ਼ੋਰ ਮੰਗ ਆ ਬਈ ਪੁਲਿਸ ਪ੍ਰਸ਼ਾਸਨ ਤੋਂ ਵੀ ਜਲਦੀ ਤੋਂ ਜਲਦੀ ਜਿਹੜੇ ਆ ਕਾਤਲਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਔਰ ਇੱਥੇ ਜਿਹੜੇ ਪੁਲਿਸ ਅਫਸਰ ਉਹੋ ਜਿਹਾ ਲਾਉਣੇ ਚਾਹੀਦੇ ਆ ਜਿਹੜੇ ਕ੍ਰਿਮੀਨਲ ਲੋਕਾਂ ਨੂੰ ਫੜਨ ਲਈ ਐਕਸਪਰਟ ਹੋਣ, ਜਿਹਨਾਂ ਨੂੰ ਨੌਲੇਜ ਹੋਵੇ ਔਰ ਇੱਥੇ ਉਹੋ ਜਿਹਾ ਅਫਸਰ ਨਹੀਂ ਲਾਉਣੇ ਚਾਹੀਦੇ ਕਿ ਜਿਹੜੇ ਪੈਸੇ ਅਪਰੇ ਚੋਂ ਇਕੱਠੇ ਕਰਨ ਔਰ ਲੋਕਾਂ ਦਾ ਨੁਕਸਾਨ ਕਰਨ। ਇਸ ਕਰਕੇ ਅਸੀਂ ਇਹ ਵੀ ਪੁਲਿਸ ਪ੍ਰਸ਼ਾਸਨ ਤੋਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਪਰੇ ਦੇ ਵਿੱਚ ਜਿਹੜੇ ਆ ਚੌਂਕੀ ਇੰਚਾਰਜ ਜਿਹੜਾ ਆ ਉਹਦੀ ਬਜਾਏ ਇੱਥੇ ਪੁਲਿਸ ਥਾਣਾ ਬਣਾਉਣਾ ਚਾਹੀਦਾ, ਕਿਉਂਕਿ ਅਪਰੇ ਦਾ ਏਰੀਆ ਕਾਫੀ ਪੈਂਦਾ ਔਰ ਕ੍ਰਿਮੀਨਲ ਲੋਕ ਜਿਹੜੇ ਇੱਥੇ ਕਾਫੀ ਪੈਦਾ ਹੋ ਗਏ ਉਹਨਾਂ ਨੂੰ ਕੰਟਰੋਲ ਕਰਨ ਲਈ। ਦੂਸਰਾ ਜਿਹੜਾ ਹੈਗਾ ਵੀ ਜਿਹੜੇ ਕਾਤਲ ਆ ਉਹ ਰਾਮ ਸਰੂਪ ਦੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਅੰਦਰ ਦੇਣਾ ਚਾਹੀਦਾ, ਨਹੀਂ ਤਾਂ ਬਹੁਜਨ ਸਮਾਜ ਪਾਰਟੀ ਜਿਹੜੀ ਆ ਇਸ ਸੰਘਰਸ਼ ਨੂੰ ਹੋਰ ਅੱਗੇ ਲੈ ਕੇ ਜਾਏਗੀ। ਔਰ ਇਸ ਮੌਕੇ 'ਤੇ ਮੈਂ ਸਮੂਹ ਉੱਪਰਾਂ ਨਿਵਾਸੀਆਂ ਦਾ ਜਿਨ੍ਹਾਂ ਨੇ ਅੱਜ ਬੰਦ ਕੀਤਾ ਅਸੀਂ ਆਪਣੀ ਪਾਰਟੀ ਨੂੰ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਬੋਡੀ ਦੇ ਸੰਸਕਾਰ ਲਈ ਵੀ ਕੁਝ ਕਹਿਣਾ? ਬੋਡੀ ਦੇ ਸੰਸਕਾਰ ਲਈ ਜਿੰਨਾ ਚਿਰ ਜਿਹੜੇ ਆ ਪਰਿਵਾਰ ਨੇ ਫੈਸਲਾ ਕੀਤਾ ਵੀ ਜਿੰਨਾ ਚਿਰ ਜਿਹੜਾ ਦੋਸ਼ੀ ਨਹੀਂ ਫੜੇ ਜਾਣਗੇ ਅਸੀਂ ਸੰਸਕਾਰ ਨਹੀਂ ਕਰਾਂਗੇ। ਇਸ ਮੌਕੇ ਨਰਿੰਦਰ ਬਿੱਲਾ, ਡਾਕਟਰ ਗੁਰਨੇਕ ਗੜੀ, ਖੁਸ਼ੀ ਰਾਮ ਸਰਪੰਚ, ਅਵਤਾਰ ਮਸਾਣੀ, ਸੋਨੂ ਪੰਚ, ਰਾਜਕੁਮਾਰ ਧੁੰਨਾ, ਅਵਿਨਾਸ਼ ਅਪਰਾ, ਕਾਲਾ ਲਵਲੀ, ਦੀਪਕ ਮਦਾਨ ਤੋਂ ਇਲਾਵਾ ਇਲਾਕੇ ਦੇ ਮੋਹਤਵਾਰ ਵਿਅਕਤੀ ਹਾਜ਼ਰ ਸਨ।